रेडियो आवाज़ के स्टूडियो में आप सारे का हार्दिक स्वागत है जी। मैं तुहाडा होस्ट एमपी सिंह ते मेरे नाल फोन लाइन ते मौजूद ने साडे शहर के सोशल एक्टिविस्ट एंड रियल स्टेट विच नामना खट चुके बहुत वड्डा नाम बना चुके शरण तापिया जी। असी अज मदरस डे नूं समर्पित एक विशेष प्रोग्राम लैके हाजिर हाँ। इस तो पहला कि अगली गल करिए मैं शरण जी नूं जी हां कहना चाहना। शरण जी वेलकम, सत श्री अकाल। सत श्री अकाल एम पी जी, थैंक यू सो मच। बड़े अच्छे दिन दे लई तुसी मैनूं बुलाया इस प्रोग्राम दे विच। हाँ जी, अज दा जिहड़ा प्रोग्राम असीं डेडिकेट कर रहे हां मदर्स डे लई, मैं एक दो लाइना जिहड़ियां ने ओह डेडिकेट करना चाहुंदी हां पहला। श्योर श्योर, हां जी। सारीआं मावां लई ते सुनन वालेआं नूं वी। हां जी। मां वर्गा कणछावां बूटा मैनू नजर ना आए। वाओ। मां वर्गा कणछावां बूटा मैनू नजर ना आए, जिस तों लैके छां उदारी रब ने स्वर्ग बनाए। बाकी कुल दुनिया दे बूटे जट सुक्या मुरझाउंदे, एप्पल फुल्लां दे मुरझाया ए बूटा सुरझाए। बहुत खूब बहुत खूब। मां दा कणछावां बहुत गूढ़ी छां वाला बूटा जिहड़ा है, इसे तो ते रब प्रभावित होया। ਕਹਿੰਦੇ ਨਾ ਜੀ ਜੇ ਰੱਬ ਜੇ ਕਹਿੰਦੇ ਰੱਬ ਤਾਂ ਕਿਸੇ ਨੇ ਵੇਖਿਆ ਹੀ ਨਹੀਂ, ਠੀਕ ਹੈ ਜੀ, ਤੇ ਜਿਹਨੇ ਰੱਬ ਦੀ ਪੂਜਾ ਕਰਨੀ ਹੈ, ਜਿਹਨੇ ਉਹਦੀ ਆਰਾਧਨਾ ਕਰਨੀ ਹੈ, ਜਿਹਨੇ ਉਹਦਾ ਨਾਮ ਜਪਣਾ, ਉਹ ਆਪਦੀ ਮਾਂ ਨੂੰ ਵੇਖੇ, ਮਾਂ ਦੇ ਕੋਲ ਬੈਠੇ, ਮਾਂ ਤੋਂ ਸਿੱਖਿਆ ਲਵੇ, ਮਾਂ ਨਾਲ ਪਿਆਰ ਕਰੇ, ਮਾਂ ਦੀ ਬੁੱਕਲ ਦਾ ਨਿੱਘ ਮਾਣੇ, ਇਸ ਤੋਂ ਵੱਡਾ ਜਿਹਦੇ ਕੋਲ ਮਾਂ ਜੀ ਉਸ ਤੋਂ ਵੱਡਾ ਕੋਈ ਹੋਰ ਖੁਸ਼ ਨਸੀਬ ਦੁਨੀਆਂ ਵਿੱਚ ਨਹੀਂ ਹੈ, ਜੋ ਜੋ ਮੈਨੂੰ ਲੱਗ ਰਿਹਾ। ਬਿਲਕੁਲ ਬਿਲਕੁਲ, ਪਰਮਾਤਮਾ ਤੋਂ ਬਾਅਦ ਜੇ ਅਸੀਂ ਕਿਸੇ ਦੇ ਰਿਣੀ ਆ ਜਾਂ ਸ਼ੁਕਰ ਗੁਜ਼ਾਰ ਆ, ਔਰ ਜ਼ਿੰਦਗੀ ਭਰ ਜੇ ਕਿਸੇ ਦਾ ਅਸੀਂ ਕਰਜ ਨਹੀਂ ਉਤਾਰ ਸਕਦੇ, ਤੇ ਉਹ ਸਿਰਫ ਸਾਡੀ ਮਾਂ ਹੈ, ਨੋ ਮੈਟਰ ਵਾਟ। ਬਿਲਕੁਲ ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ ਜੀ। ਇਹ ਸ਼ਰਨ ਜੀ ਮੇਰਾ ਕੁਐਸਚਨ ਇੱਕਦਮ ਤੁਹਾਡੇ ਨਾਲ ਬਣ ਗਿਆ ਤੁਹਾਡੇ ਕੋਲ ਪੁੱਛਣ ਲਈ। ਹਾਂਜੀ। ਅਸੀਂ ਛੋਟੇ ਹੁੰਦੇ ਮਾਵਾਂ ਦਾ ਪਿਆਰ ਲੈਂਦੇ ਹਾਂ, ਉਹਨਾਂ ਦੀਆਂ ਅਸੀਸਾਂ ਲੈਂਦੇ ਹਾਂ, ਪਰ ਇੱਕ ਮਦਰਸ ਡੇ ਵਾਲਾ ਕਨਸੈਪਟ ਜਿਹੜਾ ਸੀਗਾ ਇਹ ਸੋਸਾਇਟੀ ਵਿੱਚ ਕਿਵੇਂ ਆਇਆ? ਹਾਂਜੀ, ਇਹ ਮੈਂ ਥੋੜ੍ਹਾ ਜਿਹਾ ਜਿਹਾ ਸਰਚ ਕੀਤੀ ਸੀ ਤੇ ਮਦਰਸ ਡੇ ਜਿਹੜਾ ਸਭ ਤੋਂ ਪਹਿਲਾਂ ਸੈਲੀਬ੍ਰੇਟ ਹੋਇਆ ਸੀ 1908 ਦੇ ਵਿੱਚ। ਹਾਂਜੀ ਹਾਂਜੀ ਹਾਂਜੀ, ਬਾਈ ਐਨਾ ਜਾਰਵਿਸ ਸੀ, ਉਹਨੇ ਆਪਣੀ ਮਦਰ ਦਾ ਜਿਹੜਾ ਮੈਮੋਰੀਅਲ ਸਰਵਿਸ ਕੀਤੀ ਸੀ, ਉਹਦੀ ਮਦਰ ਸ਼ੀ ਪਾਸਡ ਅਵੇ ਇਨ 1905। ਹਾਂਜੀ ਹਾਂਜੀ, ਉਹਨੇ ਆਪਣੀ ਉਹ ਚਾਹੁੰਦੀ ਸੀ, ਉਹਦਾ ਮਤਲਬ ਸੀ ਆਪਣੀ ਮਾਂ ਤੋਂ ਇੰਨੀ ਉਹ ਇੰਪ੍ਰੈਸ ਸੀ, ਪ੍ਰਭਾਵਿਤ ਸੀ ਕਿ ਕਿੰਨੀ ਉਹਦੀ ਮਾਂ ਨੇ ਕੰਟਰੀਬਿਊਸ਼ਨ ਕੀਤੀ ਆ ਟੂ ਮੇਕ ਲਾਈਫ ਬੈਟਰ ਫੋਰ ਅਦਰ ਪੀਪਲ। ਉਹਨਾਂ ਦਿਨਾਂ ਚ ਵਰਲਡ ਵਾਰ ਦਾ ਵੀ ਬੜਾ ਚੱਲ ਰਿਹਾ ਸੀਗਾ, ਬਹੁਤ ਲੇਡੀਜ਼ ਜਿਹੜੀਆਂ ਸੀਗੀਆਂ ਉਹਨਾਂ ਨੂੰ ਉਹਨਾਂ ਦਾ ਮਰਲ ਹਾਈ ਕਰਨ ਲਈ, ਉਹਨਾਂ ਨੂੰ ਐਕਟਿਵ ਹੋਣ ਲਈ ਉਹਦੀ ਮਦਰ ਨੇ ਬਹੁਤ ਰੋਲ ਵੱਡਾ ਪਲੇ ਕੀਤਾ ਸੀ। ਸੋ ਸ਼ੀ ਵਾਂਟਡ ਟੂ ਡੈਡੀਕੇਟ ਅ ਡੇ ਜਿਹਦੇ ਵਿੱਚ ਸਾਰੀਆਂ ਮਦਰ ਦੀ ਜਿਹੜੀ ਕੰਟਰੀਬਿਊਸ਼ਨ ਆ ਜਾਂ ਸੈਕਰੀਫਾਈਸ ਆ ਜਿਹੜੇ ਆਪਣੇ ਬੱਚਿਆਂ ਲਈ ਕਰਦੀਆਂ ਆ, ਉਹ ਚਾਹੁੰਦੀ ਸੀ ਕਿ ਇੱਕ ਦਿਨ ਐਸਾ ਕੀਤਾ ਜਾਏ। ਤੋ ਉਹਨੇ 1908 ਵਿੱਚ ਇਹ ਸੈਲੀਬ੍ਰੇਟ ਕੀਤਾ ਸੀ ਪਹਿਲੀ ਵਾਰੀ ਵੈਨ ਸ਼ੀ ਹੈਲਡ ਹਰ ਮਦਰਸ ਮੈਮੋਰੀਅਲ। ਹਾਂਜੀ, ਉਸ ਤੋਂ ਬਾਅਦ ਉਹਨੇ ਕਾਫੀ ਜੱਦੋਜਹਿਦ ਕੀਤੀ, ਗੌਰਮੈਂਟ ਦੇ ਨਾਲ ਕਾਫੀ ਅਪਲਾਈ ਕਰਦੀ ਰਹੀ, ਪਰ 1941 ਦੇ ਵਿੱਚ ਜਾ ਕੇ ਐਪਰੀਸ਼ੀਏਟ ਕਰਨ ਲਈ, ਮਦਰ ਦੀ ਜਿਹੜੀ ਆ ਡੈਡੀਕੇਸ਼ਨ ਹੈ ਟੂ ਟੂ ਦਾ ਕਿਡਸ, ਹਾਂਜੀ, ਉਹਨਾਂ ਨੂੰ ਕਰਨ ਲਈ ਉਹਨਾਂ ਨੇ ਉਹ ਦਿਨ ਸੈਲੀਬ੍ਰੇਟ ਸ਼ੁਰੂ ਕੀਤਾ ਸੀ ਕਰਨਾ। ਇਹ ਵੈਸੇ ਤਾਂ ਹੁਣ ਅੱਜ ਕੱਲ੍ਹ ਤਾਂ ਸਾਰੇ ਕੰਟਰੀਜ਼ ਦੇ ਵਿੱਚ ਸਾਰੀਆਂ ਸੋਸਾਇਟੀਆਂ ਜਿਹੜੀਆਂ ਹੈਗੀਆਂ, ਸਾਰੀਆਂ ਕਮਿਊਨਿਟੀਜ਼ ਹੈਗੀਆਂ ਜਿਹੜੀਆਂ, ਉਹਨੂੰ ਸੈਲੀਬ੍ਰੇਟ ਕਰਦੀਆਂ ਬੜੇ ਉਤਸ਼ਾਹ ਨਾਲ, ਜੋਸ਼ੋ ਖਰੋਸ਼ ਨਾਲ। ਹਾਂਜੀ ਸ਼ਰਨ ਜੀ, ਕਿਵੇਂ ਲੱਗਦਾ ਤੁਹਾਨੂੰ ਇਸ ਡੇ ਨੂੰ ਸੈਲੀਬ੍ਰੇਟ ਕਿਵੇਂ ਕਰਨਾ ਚਾਹੀਦਾ? ਸੈਲੀਬ੍ਰੇਟ ਕਰਨ ਦੇ ਤੇ ਦੇਖੋ, ਉਂਝ ਤਾਂ ਅਸੀਂ ਆਪਣੇ ਮਦਰਸ ਨੂੰ ਰੋਜ਼ ਹੀ ਸੈਲੀਬ੍ਰੇਟ ਕਰਦੇ ਹਾਂ, ਪਰ ਇਸ ਦਿਨ ਦੇ ਉੱਤੇ ਇੱਕ ਜਿੱਦਾਂ ਅਸੀਂ ਆਪਣਾ ਬਰਥਡੇ ਮਨਾਉਂਦੇ ਹਾਂ, ਇਸੇ ਤਰ੍ਹਾਂ ਮਦਰਸ ਡੇ ਦੇ ਉੱਤੇ ਯੂ ਨੀਡ ਟੂ ਮੇਕ ਯੂਰ ਮਦਰ ਫੀਲ ਸਪੈਸ਼ਲ, ਇਟਸ ਲਾਈਕ ਓਨਰਿੰਗ ਹਰ ਲਵ ਐਂਡ ਓਨਰਿੰਗ ਹਰ ਸੈਕਰੀਫਾਈਸਿਸ, ਤੇ ਉਹਨਾਂ ਨੂੰ ਐਪਰੀਸ਼ੀਏਟ ਕਰਨ ਲਈ ਇਸ ਸਪੈਸ਼ਲ ਡੇ ਦੇ ਵਿੱਚ ਸਾਨੂੰ ਅਸੀਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ ਆਪਣੀ ਮਦਰ ਲਈ। ਹਾਂਜੀ ਹਾਂਜੀ, ਜਿਸ ਤਰ੍ਹਾਂ ਅਸੀਂ ਮੈਂ ਪਹਿਲਾਂ ਆਪਣੀ ਇੱਕ ਇਗਜ਼ਾਮਪਲ ਜ਼ਰੂਰ ਦੇਵਾਂਗੀ, ਇੰਨੇ ਸਾਲ ਹੋ ਗਏ ਮੇਰੇ ਬੱਚੇ ਜਿੱਦਾਂ
ਨੋਰਮਲ ਬਣ ਗਿਆ ਹੈ ਫਲਾਵਰਸ ਦੇਣੇ ਮਦਰ ਨੂੰ, ਜਾਂ ਫਿਰ ਡਿਨਰ ਲਈ ਬਾਹਰ ਜਾ ਰਹੇ ਆ, ਜਾਂ ਬੱਚੇ ਕੁੱਕ ਵੀ ਕਰ ਰਹੇ ਆ, ਦੋ ਤਿੰਨ ਚੀਜ਼ਾਂ ਮੈਨੂੰ ਬੱਚਿਆਂ ਦੀਆਂ ਬੜੀਆਂ ਯਾਦ ਆਉਂਦੀਆਂ ਤੇ ਉਹਦੇ ਮਤਲਬ ਉਹ ਇੰਪੈਕਟ ਛੱਡ ਗਈਆਂ ਮੇਰੇ ਮਾਇੰਡ ਦੇ ਉੱਪਰ। ਹਾਂਜੀ ਹਾਂਜੀ ਹਾਂਜੀ, ਉਹ ਉਹ ਮੈਨੂੰ ਉਹ ਮੈਮੋਰੇਬਲ ਲੱਗਦੀਆਂ। ਬਾਕੀ ਜੇ ਤੁਸੀਂ ਰੂਟੀਨ ਤੇ ਸਾਰਾ ਕੁਝ ਕਰਦੇ ਆ ਦੈਟਸ ਅ ਡਿਫਰੈਂਟ, ਬਟ ਆਈ ਥਿੰਕ ਜੋ ਵੀ ਤੁਸੀਂ ਮਦਰ ਲਈ ਕਰਦੇ ਆ, ਜੇ ਤੁਸੀਂ ਉਹਨੂੰ ਆਪਣੀ ਪਰਸਨਲ ਟੱਚ ਦਿੰਦੇ ਆ, ਇਟ ਵਿਲ ਲੀਵ ਅ ਬਿਗ ਇੰਪੈਕਟ ਉਹਦੇ 'ਚ ਹੈਗਾ। ਮੈਂ ਆਪਣੀ ਪਹਿਲਾਂ ਇੱਕ ਚੀਜ਼ ਦਿੰਦੀ, ਮੈਨੂੰ ਆਪਣੇ ਬੇਟੇ ਨੇ ਮੈਨੂੰ ਬਹੁਤ ਸਾਲ ਪਹਿਲਾਂ, ਹੀ ਵਾਜ਼ ਇਨ ਮਤਲਬ ਮੇਰੇ ਸਾਲ ਗ੍ਰੇਡ 2 ਜਾਂ 3 'ਚ ਹੋਣਾ, ਤਾਂ ਸਕੂਲ ਦੇ ਜਿਹੜੇ ਪ੍ਰੋਜੈਕਟ ਐਂਡ ਹੀ ਮੇਡ ਏ ਨਾਈਸ ਲਿਟਲ ਪੋਟ ਬਣਾਇਆ ਉਹਨੇ, ਐਂਡ ਉਹਦੇ ਵਿੱਚ ਉਹ ਇਟ ਵਾਜ਼ ਫਿਲਡ ਵਿਦ ਲਿਟਲ ਰੇਨ ਚੈਕਸ ਚਿਪਸ ਬਣਾਈਆਂ। ਉਹ ਕਹਿੰਦਾ ਕਿ ਮਮ ਯੂ ਕੈਨ ਯੂਜ਼ ਦਿਸ ਲਾਈਕ ਫੋਰ ਦਾ ਹੋਲ ਈਅਰ, ਦੋਜ਼ ਆਰ ਦਾ ਥਿੰਗਸ ਆਈ ਵਿਲ ਡੂ ਐਨੀ ਟਾਈਮ, ਤੂੰ ਇੱਕ ਸਲਿੱਪ ਕੱਢ ਲਈ ਤਾਂ ਮੈਂ ਤੁਹਾਨੂੰ ਦੱਸ ਦੀ ਇਹ ਕੰਮ ਕਰਨਾ, ਤਾਂ ਮੈਂ ਆਈ ਵਿਲ ਡੂ ਦੀਸ ਥਿੰਗਸ ਫੋਰ ਯੂ। ਯਾਦ ਵੀ ਹੈ ਤੇ ਸੰਭਾਲਿਆ ਵੀ ਹੋਇਆ। ਉਸ ਚੀਜ਼ ਨੂੰ ਕੋਈ ਫਲਾਵਰ ਨੀ ਬੀਟ ਕਰ ਸਕਦੇ, ਉਸ ਚੀਜ਼ ਨੂੰ ਕੁਛ ਹੋਰ ਨੀ ਬੀਟ ਕਰ ਸਕਦੇ। ਐਂਡ ਆਈ ਥਿੰਕ ਜਦੋਂ ਬੱਚੇ ਛੋਟੇ ਸੀ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੇ ਪ੍ਰੋਜੈਕਟ ਬਣਾ ਕੇ ਲਿਆਉਂਦੇ ਰਹੇ, ਉਹ ਮੇਰੇ ਕੋਲ ਹਜੇ ਤੱਕ ਉਹਦੀ ਕਲੈਕਸ਼ਨ ਹੈਗੀ ਆ। ਐਂਡ ਉਸ ਤੋਂ ਬਾਅਦ ਹੁਣ ਜਦੋਂ ਬੱਚੇ ਵੱਡੇ ਹੋ ਗਏ ਸੀ ਨਾ, ਨੋਰਮਲ ਬਣ ਗਿਆ ਕਿ ਅਸੀਂ ਫਲਾਵਰ ਲੈ ਕੇ ਆਉਂਦੇ ਹਾਂ, ਅਸੀਂ ਉੱਥੇ ਜਾਂਦੇ ਹਾਂ। ਬਟ ਫਿਰ ਵੀ ਅਸੀਂ ਜਿਹੜੇ ਸਪੈਸ਼ਲ ਚੀਜ਼ਾਂ ਮੰਮੀ ਲਈ ਕਰ ਸਕਦੇ ਹਾਂ, ਵੀ ਕੈਨ ਗਿਵ ਹਰ ਏ ਡੇ ਆਫ ਫਰੋਮ ਹਰ ਵਰਕ, ਜਿੱਦਾਂ ਮੰਮ ਸਾਡੇ ਮੰਮ ਰੋਜ਼ ਖਾਣਾ ਬਣਾਉਂਦੇ ਆ ਜਾਂ ਕੁਝ ਹੋਰ ਘਰ ਦੇ ਕੰਮ ਕਰਦੇ ਆ, ਜਾਂ ਉਹਨਾਂ ਨੂੰ ਇੱਕ ਦਿਨ ਦੀ ਬ੍ਰੇਕ ਤੇ ਦੇ ਹੀ ਸਕਦੇ ਆ ਨਾ, ਸੋ ਸ਼ੀ ਡੋਨਟ ਹੈਵ ਟੂ ਡੂ ਐਨੀ ਵਰਕ। ਸ਼ਰਨ ਜੀ, ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ। ਆਮ ਤੌਰ ਤੇ ਪਰਿਵਾਰਾਂ ਦੇ ਵਿੱਚ ਜਿਹੜੀਆਂ ਮਾਵਾਂ, ਉਹਨਾਂ ਦਾ ਸੈਕਰੀਫਾਈਸ ਕਿੰਨਾ ਹੁੰਦਾ, ਇਹ ਉਹ ਪਰਿਵਾਰ ਦੇ ਸਾਰੇ ਜੀਆਂ ਦੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀ ਮੈਂ ਚੀਜ਼ ਬਣਾਈ ਅੱਜ ਸਪੈਸ਼ਲ ਬਣਾਈ ਆ, ਜਾਂ ਰੂਟੀਨ ਵਿੱਚ ਜੋ ਵੀ ਖਾਣਾ ਤਿਆਰ ਕੀਤਾ ਹੈਗਾ, ਤੇ ਉਹਦੀ ਇਹ ਕੋਸ਼ਿਸ਼ ਹੈ ਕਿ ਪਰਿਵਾਰ ਦੇ ਸਾਰੇ ਜੀ ਪਹਿਲਾਂ ਖਾ ਲੈਣ ਤੇ ਮੈਂ ਸਭ ਤੋਂ ਬਾਅਦ ਵਿੱਚ ਖਾਊਂਗੇ। ਕਈ ਸਮ ਟਾਈਮ ਇੱਦਾਂ ਦਾ ਹੁੰਦੀ ਹੈ ਕਿ ਉਹਦੇ ਵਾਸਤੇ ਜਿਹੜੀ ਕੋਈ ਚੀਜ਼ ਬਣਾਈ ਹੁੰਦੀ ਪਰਿਵਾਰ ਲਈ, ਉਹ ਬਚਦੀ ਨਹੀਂ ਖਾਣ ਲਈ, ਤੇ ਉਹ ਇਸ ਗੱਲ 'ਤੇ ਸੰਤੁਸ਼ਟ ਹੈ ਕਿ ਮੇਰੇ ਹੱਥਾਂ ਦੀ ਬਣਾਈ ਚੀਜ਼ ਨੂੰ ਸਾਰਿਆਂ ਨੇ ਸਵਾਦ ਲੈ ਕੇ ਖਾਧਾ, ਔਰ ਸਾਰੇ ਐਪਰੀਸ਼ੀਏਟ ਕਰਦੇ ਕਿ ਮੰਮ ਇਹ ਚੀਜ਼ ਬਹੁਤ ਵਧੀਆ, ਇਹ ਇੱਦਾਂ ਦਾ ਸਵਾਦ ਤਾਂ ਕਦੀ ਆਇਆ ਹੀ ਨਹੀਂ, ਜਾਂ ਅਸੀਂ ਪਿਛਲੇ ਸਾਲ ਖਾਧੀ ਸੀ ਉਸ ਤੋਂ ਬਾਅਦ ਤਾਂ ਕਦੀ ਮੌਕਾ ਹੀ ਨਹੀਂ ਮਿਲਿਆ, ਅਤੇ ਮਾਂ ਨੂੰ ਕਿੰਨੀ ਸੰਤੁਸ਼ਟੀ ਹੁੰਦੀ ਹੈ ਉਸ ਵੇਲੇ। ਠੀਕ ਹੈ ਜੀ, ਅਤੇ ਕੀ ਇਸ ਪਰਟੀਕੁਲਰ ਡੇ 'ਤੇ, ਅਸੀਂ ਕਈ ਵਾਰੀ ਮੈਂ ਦੇਖਦਾ ਫੈਮਿਲੀਜ਼ ਦੇ ਵਿੱਚ ਜਾਂ ਸਾਡੀ ਸੁਸਾਇਟੀ 'ਚ ਰਿਵਾਜ਼ ਬਣ ਗਿਆ ਕਿ ਮਾਂ ਨੂੰ ਤੁਸੀਂ ਗੁਲਾਬ ਦੀਆਂ ਪੱਤੀਆਂ ਦੇ ਦਿਓ, ਫੁੱਲਾਂ ਦਾ ਗੁਲਦਸਤਾ ਦੇ ਦਿਓ, ਜਾਂ ਉਹਦੇ ਉਹਨੂੰ ਲੰਚ 'ਤੇ ਡਿਨਰ 'ਤੇ ਲੈ ਜਾਓ, ਜਾਂ ਕੇਕ ਲੈ ਆਓ ਉਹਦੇ 'ਤੇ ਮਦਰਸ ਡੇ ਲਿਖਿਆ ਹੋਵੇ, ਆਈ ਲਵ ਮਦਰਸ ਇੱਦਾਂ ਲਿਖਿਆ ਹੋਵੇ, ਕੁਛ ਇੱਦਾਂ ਦਾ। ਇਹ ਫੋਰਮਲ ਅਤੇ ਇਨਫੋਰਮਲ, ਇਹ ਕੀ ਇਹਦੇ 'ਚ ਫਰਕ ਸਾਨੂੰ ਰੱਖਣਾ ਚਾਹੀਦਾ? ਫੋਰਮੈਲਿਟੀਜ਼ ਜਿਹੜੀਆਂ ਉਹ ਮੇਰਾ ਖਿਆਲ ਨਹੀਂ ਹੋਣੀਆਂ ਚਾਹੀਦੀਆਂ। ਤੁਹਾਨੂੰ ਇੱਦਾਂ ਦਾ ਉਹ ਲੱਗੇ, ਪੂਰਾ ਪੂਰਾ ਸਾਲ ਇਸ ਦਿਨ ਨੂੰ ਉਡੀਕਣਾ ਚਾਹੀਦਾ ਕਿ ਉਹ ਦਿਨ ਆਏਗਾ ਅਸੀਂ ਆਪਣੀ ਮੌਮ ਵਾਸਤੇ ਇਹ ਕੰਮ ਕਰਨਾ, ਕਿਉਂਕਿ ਉਹਨੇ ਸਾਰਾ ਸਾਲ ਤੁਹਾਡੇ ਵਾਸਤੇ ਕੀਤਾ ਹੁੰਦਾ ਬਚਪਨ ਤੋਂ ਲੈ ਕੇ ਉਹਨੂੰ ਤਾਂ ਤੁਹਾਡੇ ਨਿੱਕੇ ਨਿੱਕੇ ਹੱਥ ਜਿਹੜੀਆਂ ਮੁੱਠੀਆਂ ਤੁਸੀਂ ਜਦੋਂ ਪੈਦਾ ਹੀ ਹੋਏ ਉਹ ਖੁੱਲੀਆਂ ਨਹੀਂ ਸੀ ਹੁੰਦੀਆਂ, ਅਤੇ ਉਦੋਂ ਦਾ ਲੈ ਕੇ ਅੱਜ ਤੱਕ ਤੁਸੀਂ ਉਹਦੇ ਮੋਢੇ ਦੇ ਬਰਾਬਰ ਵੀ ਪਹੁੰਚ ਗਏ ਹੋ, ਉਹ ਦਿਨ ਸਾਰੇ ਯਾਦ ਹੁੰਦੇ ਆ। ਅਤੇ ਤੁਸੀਂ ਇੱਕ ਦਿਨ ਨੂੰ ਯਾਦਗਾਰੀ ਬਣਾਉਣ ਵਾਸਤੇ ਫਾਰਮੈਲਿਟੀਜ਼ ਕਰੋ, ਸ਼ਾਇਦ ਮੈਨੂੰ ਨਹੀਂ ਚੰਗਾ ਲੱਗਾ, ਸਗੋਂ ਇੱਕ ਇਹੋ ਜਿਹਾ ਦਿਨ ਬਣਾ ਦਿਓ ਕਿ ਜਿਹੜਾ ਪੂਰਾ ਸਾਲ ਮਦਰ ਵੀ ਯਾਦ ਰੱਖੇ ਕਿ ਉਹ ਦਿਨ ਆਉਣਾ ਅਤੇ ਮੇਰੇ ਬੱਚਿਆਂ ਨੇ ਇਹਨੂੰ ਸੈਲੀਬ੍ਰੇਟ ਕਰਨਾ, ਅਤੇ ਬੱਚੇ ਵੀ ਇੱਦਾਂ ਕਰਨ ਕਿ ਇੱਕ ਦਿਨ ਆਉਣਾ ਅਤੇ ਅਸੀਂ ਮਦਰ ਡੇ ਨੂੰ ਇਸ ਤਰੀਕੇ ਨਾਲ ਸੈਲੀਬ੍ਰੇਟ ਕਰਾਂਗੇ। ਸ਼ਾਇਦ ਸਾਰੀ ਦੁਨੀਆ ਦੇ ਵਿੱਚ ਕੋਈ ਹੋਰ ਤਿਉਹਾਰ, ਕੋਈ ਹੋਰ ਦਿਨ ਇਹਦੇ ਬਰਾਬਰ, ਇਹਦਾ ਸਾਨੀ ਨਹੀਂ ਹੋ ਸਕਦਾ। ਕੀ ਕਹਿਣਾ ਚਾਹੋਗੇ ਤੁਸੀਂ? ਬਿਲਕੁਲ, ਮੈਂ ਤੁਹਾਡੇ ਨਾਲ ਐਗਰੀ ਕਰਦੀ ਹਾਂ, ਜੇ ਤੁਹਾਡੀ ਉਹਦੇ 'ਚ ਪਰਸਨਲ ਟੱਚ ਨਹੀਂ ਹੈਗੀ ਤਾਂ ਉਹ ਫਿਰ ਸਾਰਾ ਫੇਕ ਲੱਗਦਾ। ਜੇ ਅੱਗੋਂ ਪਿੱਛੋਂ ਤੁਸੀਂ ਮਦਰ ਨੂੰ ਨਹੀਂ ਪੁੱਛੋ ਤਾਂ ਫਲਾਵਰ ਭੇਜ ਦਿਓ ਸਾਲ ਬਾਅਦ, ਉਹ ਵੀ ਠੀਕ ਨਹੀਂ ਲੱਗਦਾ, ਜਾਂ ਕਾਰਡ ਦੇ ਦਿਓ। ਹਾਂਜੀ ਹੈ, ਜਾਂ ਕਾਰਡ ਦੇ ਦਿਓ ਇੱਕ ਤੁਸੀਂ ਲਿਖ ਕੇ। ਕੋਈ ਵੀ ਚੀਜ਼ ਜਿਹੜੀ ਆ ਜਿੰਨਾ ਚਿਰ ਤੁਹਾਡੀ ਫੀਲਿੰਗ ਨੀ ਉਹਦੇ ਵਿੱਚ ਹੈਗੀ, ਇਟ ਮੀਨਸ ਨਥਿੰਗ, ਤਾਂ ਕੋਈ ਮਤਲਬ ਜ਼ੀਰੋ ਵੈਲਿਊ ਆ। ਬਿਲਕੁਲ, ਮੈਂ ਕਿਹਾ ਕਿ ਤੁਸੀਂ ਆਪਣੀ ਮੰਮ ਨੂੰ
you know, you go and spend the time with your mom, give her a day off, make breakfast for her, take her out for supper, doesn't matter, take her out, aaj kal te chalo bakri gal nahi apan ja sakde, you know, but you can spend quality time with mom, do things, jidda koi bhi mother hai unnu apne bachchan naal time spend karke sab ton eh jehdi priceless cheez hai ode vaste, is tarah khushi vich kuch hai nahi, haan ji, you know, if you're spending time with mom, so see, you can go and take mom for, you know, do manicure pedicure, mom naal ja ke, you know, enjoy a treat, enjoy ice cream, मदर नू कोई चीज लैके बच्चों को खुशी नहीं होंगी जिन्हों नहीं उन्होंने होंगी आ के यू आर स्पेंडिंग द क्वालिटी टाइम क्वालिटी डे विद माम जिद अपने कामों को छोड़ के जो जस्ट रिलैक्सिंग विद माम यू नो वाचिंग मूवीज कुकिंग समथिंग फॉर माम यू नो जस्ट स्पेंड क्वालिटी टाइम फ्लावर जेड़े आ जा मतलब कोई चीज देना वो डिफरेंट चीज है पर जे उसे परसनल टच नहीं हैगी वो मजा नहीं आता है जेड़े मामिया मतलब यू नो एज अ मदर जे कोई हाथ ना कोई चीज बनाई है वो बड़ा अच्छा लगता हूँ मेरे अपने मामियों को जो असि मदर डे आता तो जो असि कई बार मतलब कोशिश करते सारे जने बाहर जाने की पर कोशिश करते कि असि सारे जने कुछ बना के लैके जाइए माम नू अज काम नहीं कर देना स्पेंड द टाइम विद माम एंड वाच ओल्ड मूवीज और वाच यू नो जो साड़िया मैमरीज बनिया होंगे साढ़े ब्याह दिया फोटोज या माम दिया यू नो पुरानी फोटोज असं देखते हैं सारे कट्ठे मिलकर दो चार घंटे भी तुम स्पेंड करते हैं अपने माम नाल यू नो दैट मीनस अ लॉट टू अ परसन जो बंद ने अपनी लाइफ डेडिकेट की होंगी है भावे अपनी लोड़ ही करने हैं बच्चा तुम साढ़े अपने अंदरों आ जाती है तो बच्चा पैदा करते हैं लाइफ के यू नो वैन यू वॉन्ट टू हैव केयर एंड दैन फिर तुम अपना सारा कैरियर सैक्रीफाइस करते हैं अपने दिन रात की नींद सैक्रीफाइस करते हैं वो जो मदर बन जाते ना मैं ठंड नी लग रही काफी साल लगते मदर नू गेट आउट ऑफ दैट माइंडसेट जो तो बच्चा वड्डा हो जाता दैन तुहाडा माइंड ठीक हुंदा कि हाँ यू आर मतलब बच्चा ओके है तुहानू रात नू इदां सोचण दी लोड़ नहीं है नहीं सारी चीजा नैचुरल आंदियां मदर नू कोई दस नहीं रहा उहनू ना उहनू कोई ट्रेनिंग मिल रही है द मोमेंट यू हैव अ चाइल्ड यू आर अ चेंज्ड पर्सन यू आर नॉट द सेम पर्सन एनी मोर एंड इट्स अ ग्रेट ब्लेसिंग कि तुसीं माँ बणे आ मां कोई नहीं हो सकता दुनिया विच सारी सारी दुनिया जी चाहे कोई भी कम्युनिटी होवे कोई भी सोसाइटी होवे सारी दुनिया दे विच इक्को ही गल है कि लड़की का मां बनना उहदे वास्ते बहुत वड्डा माण है ठीक है जी हुण उहदा माण जिहड़ा जदों बच्चा पैदा हुंदा वेरी फर्स्ट डे तों उहदियां फीलिंग्स चेंज हो जांदियां ठीक है और उह बच्चे नूं नहीं शायद अहसास हुंदा बच्चा तां वड्डा हो के भी अहसास करन दे काबल नहीं है समर्थ नहीं है उह कैपेबल नहीं है कि उहनूं पता लगे कि जदों मेरी मां बनी सी जदों पहली बारी मैं कलकारी मारी सी ते मेरी माँ दे कन्ना च आवाज़ सुनी सी वो मूमेंट जिहड़ी है वो शायद बच्चे दे दिमाग विच दिल च कदी भी नहीं आ सकती पर माँ दे माँ नूं कदी नहीं भुल सकती उदों जदों देन व्हेन दे गो थ्रू देमसेल्व्स जदों उहनां दा अपना बच्चा हुंदा हां जी फिर ए वो सारी फीलिंग्स देन दे एप्रिशिएट देयर मदर मोर क्योंकि उहनां नूं एहसास हुंदा उदों मदर नी बनी सी मेनू बिलकुल नी सी एहसास यू नो किन्ना माम काम कर दिया लाइक यू लव योर माम बट यू डोंट रियली नो द मीनिंग ऑफ माम के की ओहदे विच इनवॉल्व की हैगा इस जॉब दे विच जो तुम माम बन गई मैं मेनू याद है कि मैं इन लैटर अपनी माम नू लिखे होने अच्छा जी फर्स्ट ईयर ऑफ व्हेन आई हैड माय फर्स्ट बेबी क्योंकि मैं एहसास ही उदो होया कि मेरी माम ने मेरे लिए इन्ना काम किया मेरे लिए यू नो शी सैक्रीफाइस सो मच सो मेनी स्लीपलेस नाइट्स एंड ऑल द वर्क इनवॉल्व इन केयरिंग अ चाइल्ड
ਮੈਂ ਆਪਣੇ ਮਾਮ ਨੂੰ ਇੰਨੇ ਲੈਟਰ ਜ਼ਿੰਦਗੀ ਚ ਵੀ ਲਿਖੇ ਜਿੰਨੇ ਮੈਂ ਆਪਣੀ ਮਾਮ ਨੂੰ ਪਹਿਲੇ ਸਾਲ ਚ ਲਿਖੇ। ਇੱਕ ਇੱਕ ਚੀਜ਼ ਮੈਂ ਆਪਣੇ ਬੱਚੇ ਲਈ ਕਰਦੀ ਸੀ ਤੇ ਮੈਨੂੰ ਨਾਲ ਹੀ ਆਪਣੀ ਮਾਮ ਦਾ ਯਾਦ ਆਉਂਦਾ ਸੀ। ਐਂਡ ਆਈ ਫੈਲਟ ਬੈਡ ਕਿ ਮੈਂ ਸੋਚਦੀ ਸੀ ਕਿ ਮੈਂ ਮੰਮੀ ਨੂੰ ਕਦੇ ਥੈਂਕ ਯੂ ਕੀਤਾ ਨਹੀਂ ਹੈ ਇਨਫ। ਮੈਂ ਕਦੇ ਮਾਮ ਲਈ ਚਾਹ ਬਣਾਈ ਨਹੀਂ ਉਹਨੇ ਪਿਆਰ ਨਾਲ। ਜਦੋਂ ਮਾਮ ਨੇ ਚਾਹ ਬਣਾਓ ਤਾਂ ਲੱਗਦਾ ਸੀ ਜਿੱਦਾਂ ਬਹੁਤ ਕੰਮ ਕਰਨਾ ਪੈ ਰਿਹਾ। ਜਦੋਂ ਸਟੂਡੈਂਟ ਹੁੰਦੇ ਆ ਤੁਹਾਨੂੰ ਨਿੱਕਾ ਜਿਹਾ ਕੰਮ ਵੀ ਬਹੁਤ ਅਜੀਬ ਜਿਹਾ ਲੱਗਦਾ ਹੈ ਕਿ ਹਾਂ ਟੂ ਮੱਚ ਵਰਕ ਹੈ ਮੇਰੇ ਲਈ। ਹਾਂਜੀ ਹਾਂਜੀ। ਤੇ ਪਰ ਇਹ ਕਿ ਜਦੋਂ ਮੁੜ ਕੇ ਫਿਰ ਮਾਮ ਜਦੋਂ ਮੇਰੀ ਮਾਮ ਆ ਮੈਂ ਆਪਣੀ ਮਾਮ ਨੂੰ ਮੇਰੇ ਘਰ ਆ ਕੇ ਮੈਨੂੰ ਨਹੀਂ ਲੱਗਦਾ ਮੈਂ ਆਪਣੀ ਮਾਮ ਨੂੰ ਕੁਛ ਕਰਨ ਦਿੰਦੀ ਹਾਂ। ਕਿ ਜਸਟ ਸਿਟ ਐਂਡ ਇੰਜੋਏ ਕਿਉਂਕਿ ਆਈ ਆਲਵੇਸ ਫੀਲ ਕਿ ਸ਼ੀ ਡਿਡ ਸੋ ਮੱਚ ਐਂਡ ਆਈ ਨੈਵਰ ਹੈਡ ਦ ਟਾਈਮ ਟੂ ਸੇ ਥੈਂਕ ਯੂ ਇਨਫ। ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਜੀ। ਵਿਆਹ ਤੋਂ ਬਾਅਦ ਲੜਕੀਆਂ ਜਦੋਂ ਕੁਛ ਚਿਰ ਬਾਅਦ ਆਪਣੇ ਪੇਕੇ ਘਰ ਆਉਂਦੀਆਂ ਤੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਕਿ ਮੈਂ ਆਪਦੀ ਮਾਂ ਦੇ ਨਾਲ ਕੰਮ ਵਿੱਚ ਹੱਥ ਵਟਾਵਾਂ। ਉਹਨਾਂ ਨੂੰ ਅਹਿਸਾਸ ਹੋ ਜਾਂਦਾ। ਹਾਂਜੀ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਕਿ ਮੰਮ ਨੇ ਬਹੁਤ ਕੰਮ ਕੀਤਾ, ਉਹ ਸਾਨੂੰ ਇਸ ਸਟੇਜ 'ਤੇ ਪਹੁੰਚਾਉਣ ਵਿੱਚ ਉਹਦਾ ਬਹੁਤ ਵੱਡਾ ਹੱਥ ਹੈ। ਹੁਣ ਮੈਂ ਉਹ ਤੋਂ ਦੂਰ ਹਾਂ, ਸਹੁਰੇ ਘਰ ਚਲੇ ਗਈ ਹਾਂ। ਜੇ ਮੈਨੂੰ ਮੌਕਾ ਮਿਲਿਆ ਪੇਕੇ ਘਰ ਆਉਣ ਦਾ ਤਾਂ ਮੈਂ ਉਹਦੇ ਕੰਮ ਦੇ ਵਿੱਚ ਭੱਜ ਭੱਜ ਕੇ ਮੋਹਰੇ ਹੋ ਕੇ ਹੱਥ ਵਟਾਵਾਂ ਤਾਂ ਕਿ ਮੰਮ ਦਾ ਬੋਝ ਕੁਛ ਘਟੇ। ਠੀਕ ਹੈ ਜੀ, ਇਹ ਚੰਗੀ ਗੱਲ ਹੈ। ਇਹੋ ਜਿਹਾ ਜਿਹੜਾ ਸੋਚਣਾ ਹੈਗਾ ਉਹ ਪੋਜ਼ਿਟਿਵ ਹੈਗਾ। ਔਰ ਮਾਂ ਨੂੰ ਵੀ ਲੱਗਦਾ, ਮਾਂ ਪਤਾ ਕੀ ਕਹਿੰਦੀ, ਜਦੋਂ ਮਾਂ ਕਹਿੰਦੀ ਕੁੜੀ ਕੇ ਤੂੰ ਤਾਂ ਪ੍ਰਾਹੁਣੀ ਆਈ ਆ, ਇੱਕ ਦੋ ਦਿਨ ਤੂੰ ਸਾਡੇ ਕੋਲ ਰਹਿਣਾ ਹੈਗਾ, ਤੂੰ ਕੰਮ ਉੱਥੇ ਆਪਣੇ ਸਹੁਰੇ ਘਰ ਜਾ ਕੇ ਕਰ ਲਈ, ਇੱਥੇ ਮੈਂ ਕਰ ਲੈਣਾ ਆਪੇ। ਦੇਖੋ ਕਿੱਦਾਂ ਮਾਂ ਅਤੇ ਧੀ ਦਾ ਆਪਸ ਵਿੱਚ ਜਿਹੜੀ ਆ ਇੱਕ ਫੀਲਿੰਗਸ ਹੁੰਦੀਆਂ। ਠੀਕ ਹੈ ਜੀ, ਅਤੇ ਇਸੇ ਤਰ੍ਹਾਂ ਬੱਚਿਆਂ ਬਾਰੇ ਹੁੰਦੀਆਂ। ਬੱਚੇ ਜਦੋਂ ਕੋਈ ਗੱਲ ਹੁੰਦੀ ਹੈ ਅਤੇ ਅਜੇ ਥੋੜ੍ਹੀ ਦੇਰ ਪਹਿਲਾਂ ਬੱਚੇ ਨੇ ਦੁੱਧ ਪੀਤਾ ਹੁੰਦਾ, ਅੱਧੇ ਘੰਟੇ ਘੰਟੇ ਬਾਅਦ ਫਿਰ ਉਹਨੂੰ ਲੱਗਣ ਲੱਗ ਜਾਂਦਾ ਕਿ ਮੇਰੇ ਬੱਚੇ ਨੂੰ ਭੁੱਖ ਲੱਗੀ ਹੈ। ਠੀਕ ਹੈ, ਇਹ ਇੱਕ ਮਾਂ ਹੀ ਕਰ ਸਕਦੀ ਹੈ ਸਾਰਾ ਅਹਿਸਾਸ। ਸ਼ਾਇਦ ਫਾਦਰ ਦੇ ਦਿਮਾਗ ਵਿੱਚ ਇਹ ਗੱਲਾਂ ਨਹੀਂ ਆਉਂਦੀਆਂ ਜਾਂ ਉਹਦੀਆਂ ਫੀਲਿੰਗਸ ਇਸ ਤਰੀਕੇ ਦੀਆਂ ਨਹੀਂ ਹੁੰਦੀਆਂ। ਮਾਂ ਨੂੰ ਝੱਟ ਪਤਾ ਲੱਗ ਜਾਂਦਾ ਕਿ ਮੇਰੇ ਬੱਚੇ ਦਾ ਹੁਣ ਡਾਇਪਰ ਗਿੱਲਾ ਹੋ ਗਿਆ, ਇਹਨੂੰ ਚੇਂਜ ਕਰਨਾ ਚਾਹੀਦਾ। ਮਾਂ ਨੂੰ ਇਹ ਸਾਰਾ ਕੁਛ ਮਾਂ ਦੇ ਹਿੱਸੇ ਆਇਆ ਜੀ। ਠੀਕ ਹੈ ਜੀ, ਹੁਣ ਮੈਂ ਤੁਹਾਡੇ ਕੋਲੋਂ ਇੱਕ ਜੇ ਉਹ ਗੱਲ ਵੀ ਸ਼ੇਅਰ ਕਰਨੀ ਚਾਹੁੰਦਾ, ਤੁਹਾਡੇ ਕੋਲ ਪੁੱਛਣੀ ਚਾਹੁੰਦਾ। ਐਕਚੁਲੀ ਤੁਸੀਂ ਇੱਕ ਕਾਮਯਾਬ ਪ੍ਰੋਫੈਸ਼ਨਲ ਹੋ, ਬਹੁਤ ਵੱਡੇ ਸੋਸ਼ਲ ਐਕਟਿਵਿਸਟ ਹੋ, ਔਰ ਸਭ ਤੋਂ ਵੱਡੀ ਗੱਲ ਇੱਕ ਕਾਮਯਾਬ ਫੈਮਿਲੀ ਤੁਹਾਡੀ ਬੜੀ ਹੈਗੀ ਆ, ਰਿਪੂਟਡ ਫੈਮਿਲੀ ਆ, ਤੁਹਾਡੇ ਬੱਚੇ ਆ, ਤੁਸੀਂ ਬੱਚਿਆਂ ਦੀ ਪਰਵਰਿਸ਼ ਬੜੀ ਸੋਹਣੇ ਤਰੀਕੇ ਨਾਲ ਕੀਤੀ ਹੋਈ ਆ, ਅੱਜ ਉਹ ਵੀ ਤੁਹਾਡੇ ਵਾਂਗੂ ਸੁਸਾਇਟੀ ਦੇ ਵਿੱਚ ਵਿਚਰ ਰਹੇ ਆ, ਤੁਸੀਂ ਕੀ ਐਕਸਪੈਕਟ ਕਰਦੇ ਹੋ ਨਵੀਆਂ ਮਾਵਾਂ ਤੋਂ, ਜਿਨ੍ਹਾਂ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ, 6 ਮਹੀਨੇ ਦਾ ਉਹਨਾਂ ਦਾ ਬੱਚਾ ਹੈਗਾ, ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰਨਾ ਚਾਹੁੰਦੇ ਹੋ ਕਿ ਉਹਨਾਂ ਦੀਆਂ ਫੀਲਿੰਗਸ ਜਿਹੜੀਆਂ ਉਹ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਉਹ ਮਾਂ ਵੀ ਬਣ ਗਈਆਂ ਅਤੇ ਉਹਨਾਂ ਦੀਆਂ ਵੀ ਮਾਵਾਂ ਹੈਗੀਆਂ। ਇਹ ਕੋਆਰਡੀਨੇਸ਼ਨ ਕਿਵੇਂ ਬਣ ਸਕਦਾ, ਕਿਵੇਂ ਬਣਿਆ ਰਹਿ ਸਕਦਾ, ਬਣਿਆ ਤਾਂ ਹੋਇਆ ਹੀ ਹੈ, ਇਹਨੂੰ ਖੂਬਸੂਰਤ ਕਿਵੇਂ ਬਣਾਇਆ ਜਾ ਸਕਦਾ। ਜਿਹੜੀ ਮੈਂ ਇੱਕ ਚੀਜ਼ ਕਿਉਂਕਿ ਅਸੀਂ ਆਪਣੇ ਐਕਸਪੀਰੀਅੰਸ ਤੋਂ ਜ਼ਿਆਦਾ ਦੱਸ ਸਕਦੇ ਹਾਂ, ਨਾਓ ਆਈ ਕੈਨ ਸੇ ਕਿਹੜੀਆਂ ਚੀਜ਼ਾਂ ਮੈਂ ਨਹੀਂ ਕੀਤੀਆਂ ਸੀ ਜਿਹੜੀਆਂ ਮੈਂ ਸੋਚਦੀ ਹਾਂ ਕਿ ਬਹੁਤ ਜ਼ਰੂਰੀ ਆ ਟੂ ਰੇਜ਼ ਗੁੱਡ ਹਿਊਮਨ ਬੀਇੰਗ। ਹਾਂਜੀ, ਗੁੱਡ ਹਿਊਮਨ ਬੀਇੰਗ ਦਾ ਮਤਲਬ ਕਿ ਇੱਕ ਪੋਜ਼ਿਟਿਵ ਬੱਚਾ ਨੂੰ ਰੇਜ਼ ਕਰਨਾ, ਇੱਕ ਉਹਨਾਂ ਨੂੰ ਕਲੀਅਰ ਮਾਇੰਡ ਦੇਣਾ, ਉਹਨਾਂ ਨੂੰ ਡੀਪ ਵੈਲਿਊ ਰੂਟਸ ਦੇਣੀਆਂ, ਫਿਰ ਉਹਨਾਂ ਨੂੰ ਵਿੰਗਸ ਦੇਣੇ ਉੜਨ ਲਈ, ਇਹ ਸਾਰੀਆਂ ਚੀਜ਼ਾਂ ਇੱਕ ਮਾਂ ਦੇ ਹਿੱਸੇ ਇੱਕ ਜ਼ਿੰਮੇਵਾਰੀ ਆ ਜਾਂਦੀ ਆ। ਸੋ ਮਾਂ ਜਿੱਦਾਂ ਇੱਕ ਮਾਂ ਸੱਚ ਟੀਚਰ ਆ, ਉਹ ਮਾਂ ਨੂੰ ਬੱਚੇ ਦੇਖੇਗੇ, ਹਾਂਜੀ ਉਹ ਚੀਜ਼ਾਂ ਜਾਏਗੇ, ਜਾਂ ਤੇ ਉਹ ਉਹੀ ਕਰੇਗੇ ਜੋ ਉਹਨਾਂ ਦੀ ਮਦਰ ਕਰਦੀ ਆ, ਜਾਂ ਉਹ ਉਸ ਤੋਂ ਬੈਟਰ ਕਰਨ ਦੀ ਕੋਸ਼ਿਸ਼ ਕਰੇਗੇ, ਜਾਂ ਉਹ ਬਿਲਕੁਲ ਰਿਵਰਸ 'ਚ ਜਾਏਗੇ ਕਿ ਜਦੋਂ ਇਹ ਸਾਡੀ ਮੰਮੀ ਏਦਾਂ ਕਰਦੀ ਸੀ ਅਸੀਂ ਏਦਾਂ ਕਦੀ ਨਹੀਂ ਕਰਨਾ। ਹਾਂਜੀ ਬਿਲਕੁਲ ਬਿਲਕੁਲ। ਉਹਦੇ ਵਿੱਚ 2-4 ਚੀਜ਼ਾਂ ਜਿਹੜੀਆਂ ਮੈਂ ਸੋਚਦੀ ਹਾਂ ਕਿ ਟਾਈਮ ਇੱਕ ਤੇ ਬਹੁਤ ਛੇਤੀ ਚਲੇ ਜਾਂਦਾ ਬੱਚੇ ਦੇ ਨਾਲ, ਟਾਈਮ ਜਦੋਂ ਬੱਚਾ ਆਉਂਦਾ ਪਤਾ ਲੱਗਦਾ ਨੀ ਟਾਈਮ ਕਿੱਧਰ ਜਾ ਰਿਹਾ, ਔਰ ਸਾਰੇ ਮਦਰ ਦਾ ਹਾਲ ਆ। ਜਿਹੜੇ ਪਹਿਲੇ 4-5 ਸਾਲ ਆ ਖਾਸ ਕਰਕੇ ਉਹ ਬੱਚੇ ਦੇ ਬਹੁਤ ਇੰਪੋਰਟੈਂਟ ਆ ਕਿਉਂਕਿ ਦੇ ਆਰ ਓਨਲੀ ਲਰਨਿੰਗ ਫਰੋਮ ਯੂ। ਉਸ ਤੋਂ ਬਾਅਦ ਕਿੰਡਰਗਾਰਟਨ ਤੋਂ ਬਾਅਦ ਜਾਂਦੇ, ਪਰ ਯੂ ਆਰ ਦਾ ਫਸਟ ਟੀਚਰ, ਸੋ ਤੁਹਾਡੇ ਲਈ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਨਵੇਂ ਮਦਰ ਲਈ ਮੈਂ ਕਹਿ ਸਕਦੀ ਹਾਂ ਕਿ ਬਹੁਤ ਇੰਪੋਰਟੈਂਟ ਆ, ਇੱਕ ਤੇ ਬੱਚਿਆਂ ਨਾਲ ਜਿੰਨੀ ਤੁਸੀਂ ਜਿਹੜੀ ਰੀਡਿੰਗ ਆ, ਹਾਂਜੀ ਬੱਚਿਆਂ ਨੂੰ ਲੁਫ ਹਾਲ ਤੇ ਚਲੋ ਮਾਂ ਨੇ ਕਰਨੀ ਕਰਨੀ ਹੈ, ਪਿਆਰ ਕਰੋ, ਡਿਸਿਪਲਿਨ ਵੀ ਕਰੋ, ਬੱਚੇ ਨੂੰ ਫਰਮ ਰਹਿ ਕੇ ਡਿਸਿਪਲਿਨ ਕਰੋ,
ਪਰ ਬੱਚੇ ਦੇ ਉੱਪਰ ਕਦੀ ਆਵਾਜ਼ ਰੇਜ਼ ਨਾ ਕਰੋ, ਬੱਚਾ ਉਹਨਾਂ ਚੀਜ਼ਾਂ ਤੋਂ ਡਰ ਜਾਂਦਾ, ਉਹ ਸਾਰੀ ਉਮਰ ਲਈ ਉਹਦੇ ਮਨ 'ਚ ਬੈਠ ਜਾਂਦੀਆਂ ਚੀਜ਼ਾਂ। ਤੇ ਜਿਹੜੀਆਂ ਬੁੱਕਸ ਰੀਡ ਕਰਨੀਆਂ, ਔਰ ਚੰਗੀਆਂ ਬੁੱਕਸ ਰੀਡ ਕਰਨੀਆਂ, ਇੰਸਪਾਇਰਿੰਗ ਬੁੱਕਸ ਰੀਡ ਕਰਨੀਆਂ ਕਿ ਬੱਚੇ ਦਾ ਕੌਨਫੀਡੈਂਸ ਜ਼ਿੰਦਗੀ 'ਚ ਵਧੇ, ਬੱਚੇ 'ਚ ਪੋਜੀਟਿਵ ਚੀਜ਼ਾਂ ਆਉਣ, ਚੰਗੇ ਕੰਮ ਕਰਨ ਦੀ ਤਮੰਨਾ ਹੋਏ। ਦੇ ਸ਼ੁਡ ਸੀ ਸਮ ਪੀਪਲ ਕਿ ਉਹ ਆਈ ਵਾਂਟ ਟੂ ਬੀ ਲਾਈਕ ਦੈਟ ਪਰਸਨ, ਯੂ ਨੋ। ਜਿੱਦਾਂ ਅਸੀਂ ਮੈਂ ਸੋਚਦੀ ਹਾਂ, ਸਾਡੇ ਦਾਦੀ ਜਾਂ ਸਾਡੇ ਨਾਨੀ ਸਾਨੂੰ ਹਮੇਸ਼ਾ ਹੀ ਧਾਰਮਿਕ ਸਟੋਰੀਆਂ ਗੁਰੂਆਂ ਦੀਆਂ ਜਾਂ ਕਿਸੇ ਯੋਧਾ ਦੀਆਂ ਸੁਣਾਉਂਦੇ ਸੀ। ਉਹ ਇਸੇ ਕਰਕੇ ਸੁਣਾਉਂਦੇ ਸੀ ਕਿ ਸਾਡੇ ਮਨ 'ਚ ਉਹਨਾਂ ਬਾਰੇ ਇੱਕ ਪਿਆਰ ਆਉਂਦਾ ਸੀ, ਇੱਕ ਇੰਸਪੀਰੇਸ਼ਨ ਆਉਂਦੀ ਸੀ ਕਿ ਅਸੀਂ ਵੀ ਉਹਨਾਂ ਵਾਂਗੂ ਅੱਛੇ ਕੰਮ ਕਰਾਂਗੇ, ਅਸੀਂ ਵੀ ਇਹ ਵੱਡੇ ਹੋ ਕੇ ਕੰਮ ਕਰਾਂਗੇ, ਯੂ ਨੋ। ਸੋ ਇਹ ਬਹੁਤ ਜ਼ਰੂਰੀ ਹੈ ਨਵੀਆਂ ਮਦਰ ਲਈ ਕਿ ਆਪਣਾ ਨਾ ਥੋੜ੍ਹਾ ਜਿੰਨਾ ਵੀ ਟਾਈਮ ਹੈ, ਅੱਜ ਕੱਲ੍ਹ ਤਾਂ ਚਲੋ ਕਾਫੀ ਟਾਈਮ ਹੈ ਸ਼ਾਇਦ, ਪਰ ਜਿੰਨਾ ਵੀ ਟਾਈਮ ਹੈ ਜੇ ਤੁਸੀਂ ਮੈਟਰਨਿਟੀ ਲੀਵ 'ਤੇ ਵੀ ਆ ਔਰ ਆਫਟਰ ਦੈਟ, ਆਪਣੇ ਬੱਚਿਆਂ ਨਾਲ ਜ਼ਿਆਦਾ ਤੋਂ ਜ਼ਿਆਦਾ ਟਾਈਮ ਸਪੈਂਡ ਕਰੋ, ਅਤੇ ਉਹਨਾਂ ਦੇ ਲਈ ਬੁੱਕਸ ਜਿੰਨੀਆਂ ਰੀਡ ਕਰ ਸਕਦੇ ਆ ਉਹ ਕਰੋ। ਹਾਂਜੀ, ਇੱਕ ਹੋਰ ਜਿਹੜੀ ਚੀਜ਼ ਆ ਉਹ ਹੈਗਾ ਕਿ ਡਿਸਿਪਲਨ ਜ਼ਰੂਰ ਬੱਚਿਆਂ ਨੂੰ ਸਿਖਾਉਣਾ ਚਾਹੀਦਾ। ਉਦੋਂ ਤੁਸੀਂ ਸਿਖਾਏਂਗੇ ਅੱਛੀਆਂ ਹੈਬਿਟ, ਜਿੱਦਾਂ ਅਸੀਂ ਸਿਖਾਉਂਦੇ ਹਾਂ ਕਿ ਉੱਠ ਕੇ ਬਰੱਸ਼ ਕਰੋ, ਫੂਡ ਖਾਣ ਤੋਂ ਪਹਿਲਾਂ ਹੱਥ ਧੋਵੋ, ਅੱਜ ਸਾਰੀ ਦੁਨੀਆ ਹੱਥ ਧੋਂਦੀ, ਪਿੱਛੇ ਵੈਸੇ ਪਈ ਹੋਈ ਆ। ਔਰ ਪਰ ਇਹ ਜਿਹੜੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਹੈ ਬੱਚੇ ਨੂੰ ਕਿ ਉੱਠੇ ਆਪਣਾ ਬੈੱਡ ਬਣਾਏ, ਆਪਣੇ ਡਰਟੀ ਕੱਪੜੇ ਕਿੱਥੇ ਰੱਖਣੇ ਆ, ਆਪਣੀਆਂ ਬੁੱਕਸ ਕਿੱਦਾਂ ਟਾਈਡੀ ਕਰਕੇ ਰੱਖਣੀਆਂ। ਇਹ ਛੋਟਾ ਛੋਟਾ ਡਿਸਿਪਲਿਨ ਜਦੋਂ ਤੁਸੀਂ ਸਿਖਾਉਂਦੇ ਆ ਔਰ ਬੱਚਿਆਂ ਨੂੰ ਅਵੋਇਡ ਕਰਦੇ ਆ, ਬੱਚੇ ਇਹ ਚੀਜ਼ਾਂ ਉਹਨਾਂ ਦੀਆਂ ਫਾਊਂਡੇਸ਼ਨ ਬਣਦੀ। ਪਹਿਲੇ 4-5 ਸਾਲ ਬਹੁਤ ਇੰਪੋਰਟੈਂਟ ਆ ਬੱਚਿਆਂ ਲਈ, ਔਰ ਜਿੰਨੀ ਤੁਸੀਂ ਅੱਛੀ ਉਹਦੀ ਫਾਊਂਡੇਸ਼ਨ ਉਦੋਂ ਬਣਾ ਦੋਗੇ, ਉਨੀ ਬੱਚੇ ਦੀ ਸਟਰੋਂਗ ਪਰਸਨੈਲਿਟੀ ਹੋਏਗੀ ਜਦੋਂ ਸਕੂਲ 'ਚ ਜਾਏਗਾ, ਕੌਨਫੀਡੈਂਸ ਹੋਏਗਾ, ਉਹਨੂੰ ਸ਼ੇਅਰਿੰਗ ਦਾ ਪਤਾ ਹੋਏਗਾ ਕਿੱਦਾਂ ਕਰਨਾ ਆ, ਉਹਨੂੰ ਕਾਇੰਡਨੈਸ ਦਾ ਪਤਾ ਹੋਏਗਾ ਕਿ ਮੈਂ ਹਾਂਜੀ, ਉਹਨੂੰ ਐਮਪਥੀ ਹੋਏਗੀ, ਕੰਪੈਸ਼ਨ ਹੋਏਗਾ। ਜਦੋਂ ਜਿੱਦਾਂ ਦੀਆਂ ਤੁਸੀਂ ਸਟੋਰੀ, ਜਿੱਦਾਂ ਦੀਆਂ ਕਹਾਣੀਆਂ ਬੱਚਿਆਂ ਨੂੰ ਸੁਣਾਓਗੇ ਉਹ ਬਹੁਤ ਜ਼ਰੂਰੀ ਆ। ਔਰ ਬੱਚੇ ਦੇ ਸਾਹਮਣੇ, ਮੈਂ ਆਪਣੀ ਮਾਂ ਦੇ ਗੱਲ ਕਰਦੀ ਹਾਂ, ਬਹੁਤ ਮੇਰੀ ਮਾਂ ਪੋਜੀਟਿਵ ਰਹੇ ਹਮੇਸ਼ਾ ਲਾਈਫ ਦੇ ਵਿੱਚ, ਤੇ ਉਹ ਜਿਹੜੀਆਂ ਜਿਹੜੀ ਮਦਰ ਦੀ ਪੋਜੀਟਿਵਿਟੀ ਹੈ ਜ਼ਿੰਦਗੀ ਦੀ ਆਊਟਲੁੱਕ ਦੇ ਉੱਪਰ, ਉਹ ਬਹੁਤ ਕੰਮ ਕਰਦਾ। ਜੇ ਤੁਹਾਡੇ ਮਦਰ ਰੋਂਦੇ ਰਹਿਣਗੇ ਜਾਂ ਆਪਣੀ ਪ੍ਰੋਬਲਮ ਨੂੰ ਸੋਲਵ ਨਹੀਂ ਕਰ ਸਕਦੇ ਉਹ ਬੱਚੇ ਦੇ ਸਾਹਮਣੇ, ਉਹ ਬੱਚੇ ਦੇ ਉੱਤੇ ਬਹੁਤ ਇੰਪੈਕਟ ਕਰਦਾ ਅੱਗੇ ਜਾ ਕੇ, ਬੱਚਾ ਕੌਨਫੀਡੈਂਸ ਨਾਲ ਜ਼ਿੰਦਗੀ ਜੀ ਨਹੀਂ ਸਕਦਾ। ਸੋ ਮਦਰ ਦਾ ਜਿਹੜਾ ਆਪਣੀ ਇੱਕ ਕੋਈ ਵੀ ਜ਼ਿੰਦਗੀ ਦੀ ਪ੍ਰੋਬਲਮ ਆ, ਜੇ ਤੁਹਾਡੇ ਬੱਚੇ ਛੋਟੇ ਆ, ਤੇ ਕੋਸ਼ਿਸ਼ ਕਰੋ ਕਿ ਆਪਣੀ ਕੋਈ ਵੀ ਪ੍ਰੋਬਲਮ ਜਿਹੜੀ ਆ ਉਹ ਬੱਚੇ ਦੇ ਸਾਹਮਣੇ ਨਾ ਆਉਣ ਦਿਓ, ਤਾਂ ਕਿ ਬੱਚੇ ਦੀ ਜਿਹੜੀ ਜਿਹੜਾ ਬੱਚਿਆਂ ਨੂੰ ਰੇਜ਼ ਕਰਨਾ ਨਾ, ਇੱਕ ਬਹੁਤ ਜ਼ਿੰਮੇਵਾਰੀ ਦਾ ਕੰਮ ਹੈ, ਬਹੁਤ ਬਹੁਤ ਵੱਡੀ ਜ਼ਿੰਮੇਵਾਰੀ, ਕੰਟ੍ਰਿਬਿਊਸ਼ਨ ਹੈ ਵਰਲਡ ਦੇ ਵਿੱਚ। ਇਹ ਤੁਸੀਂ ਬੱਚਾ ਇੱਥੇ ਪੈਦਾ ਕਰਕੇ ਛੱਡ ਕੇ ਨਹੀਂ ਜਾਣਾ, ਉਹ ਹਮੇਸ਼ਾ ਮਾਂ ਦੇ ਲੋਕੀ ਗੱਲ ਕਰਦੇ ਕਿ ਹਾਂ ਇਹਦੀ ਮਦਰ ਨੇ ਠੀਕ ਨਹੀਂ ਰੇਜ਼ ਕੀਤਾ, ਇਹਦੀ ਮਦਰ ਨੇ ਇਹ ਨਹੀਂ ਸਿਖਾਇਆ। ਸੋ ਇਹ ਚੀਜ਼ਾਂ ਬਹੁਤ ਮਤਲਬ ਮਾਇਨੇ ਰੱਖਦੀਆਂ ਆ। ਸੋ ਤੁਸੀਂ ਆਪਣੇ ਬੱਚਿਆਂ ਦੇ ਲਈ ਹਮੇਸ਼ਾ ਬੱਚਿਆਂ ਦੇ ਸਾਹਮਣੇ ਪੋਜੀਟਿਵ ਰਹੋ, ਹੱਸਦੇ ਰਹੋ, ਉਹਨਾਂ ਨੂੰ ਪ੍ਰੋਬਲਮ ਨੂੰ ਸੋਲਵ ਕਰਨਾ ਸਿਖਾਓ। ਜਿੱਦਾਂ ਮੈਥ ਪ੍ਰੋਬਲਮ ਸੋਲਵ ਕਰਦੇ ਆ, ਇੱਦਾਂ ਉਹਨਾਂ ਨੂੰ ਛੋਟੀ ਛੋਟੀਆਂ ਬੱਚੇ ਆ ਕੇ ਸਕੂਲੋਂ ਵੀ ਜਿੱਦਾਂ ਛੋਟੀ ਛੋਟੀਆਂ ਗੱਲਾਂ ਕਰਦੇ ਆ, ਉਹਨਾਂ ਨਾਲ ਜ਼ਰੂਰ ਉਹ ਚੀਜ਼ਾਂ ਡਿਸਕਸ ਕਰੋ, ਬੜੇ ਤਰੀਕੇ ਨਾਲ ਉਹਨਾਂ ਨੂੰ ਸਮਝਾਓ, ਵੈਲੀਡੇਸ਼ਨ ਦੇ ਕੇ, ਪੁਆਇੰਟ ਦੇ ਕੇ, ਐਗਜ਼ਾਮਪਲ ਦੇ ਕੇ, ਹਾਂਜੀ। ਔਰ ਬੱਚੇ ਦੇ ਬਿਹੇਵੀਅਰ 'ਤੇ ਵੀ ਬਹੁਤ ਤੁਸੀਂ ਅੱਗੇ ਜਾ ਕੇ ਜਦੋਂ ਸਕੂਲ 'ਚ ਜਾਂਦਾ ਆ, ਕੀਪ ਐਨ ਆਈ ਔਨ ਹਿਸ ਬਿਹੇਵੀਅਰ, ਕਿ ਬੱਚਾ ਖੁਸ਼ ਹੋਣਾ ਚਾਹੀਦਾ, ਹੀ ਸ਼ੁੱਡ ਬੀ ਓਪਨ ਵਿਦ ਯੂ, ਤੁਹਾਡੇ ਨਾਲ ਸ਼ੇਅਰ ਕਰੇ ਹਰ ਚੀਜ਼ ਕਿ ਅੱਜ ਇਹ ਕੀਤਾ, ਅੱਜ ਮੇਰੇ ਟੀਚਰ ਨਾਲ ਅਸੀਂ ਇਹ ਕੀਤਾ। ਜਿਹਨੂੰ ਉਹਦੇ ਨਾਲ ਇਹ ਕਿ ਜੇ ਬੱਚੇ ਨਾਲ ਕੋਈ ਵੀ ਬੰਦਾ ਮਿਸਬਿਹੇਵ ਵੀ ਕਰਦਾ ਪਿਆ, ਬੱਚਾ ਸ਼ੁੱਡ ਫੀਲ ਕੌਨਫੀਡੈਂਟ ਇਨਾਫ ਕਿ ਘਰ ਆ ਕੇ ਤੁਹਾਨੂੰ ਦੱਸ ਸਕੇ। ਬੱਚੇ ਨਾਲ ਇੱਕ ਫਰੈਂਡ ਵਾਂਗ ਬਣੋ, ਬੱਚੇ ਨੂੰ ਡਰ ਨਾ ਹੋਏ ਕਿ ਮੈਂ ਮੰਮੀ ਦੇ ਸਾਹਮਣੇ ਇਹ ਗੱਲ ਨਹੀਂ ਕਰ ਸਕਦਾ, ਡੈਡ ਨੂੰ ਇਹ ਮੈਂ ਦੱਸ ਨਹੀਂ ਸਕਦਾ। ਇਹ ਚੀਜ਼ਾਂ ਬਹੁਤ ਜ਼ਰੂਰੀ, ਕਿਉਂਕਿ ਅੱਗੇ ਜਾ ਕੇ ਫਰੈਂਡਸ਼ਿਪ ਹੀ ਕੰਮ ਆਉਣੀ ਹੈ ਬੱਚੇ ਦੇ ਨਾਲ। ਐਂਡ ਆਮ ਸੋ ਬਲੈਸਡ ਕਿ ਅਸੀਂ ਆਪਣੇ ਬੱਚਿਆਂ ਨੂੰ ਇੱਦਾਂ ਹੀ ਬਿਹੇਵੀਅਰ ਰੱਖਿਆ, ਸੋ ਦੇ ਡੋਂਟ ਹੈਵ ਟੂ ਹਾਈਡ ਐਨੀਥਿੰਗ ਫਰੋਮ ਯੂ, ਯੂ ਆਰ ਦਾ ਫਸਟ ਵਨ ਟੂ ਨੋ, ਭਾਵੇਂ ਗਲਤ ਹੋਏ ਗੱਲ, ਭਾਵੇਂ ਕਿਸ ਤਰ੍ਹਾਂ ਵੀ ਹੋਏ, ਯੂ ਆਰ ਦਾ ਫਸਟ ਵਨ ਟੂ ਨੋ। ਐਂਡ ਤੁਹਾਨੂੰ ਆਪਣੇ ਬੱਚੇ ਦੀ ਗੱਲ ਪੂਰੇ ਧਿਆਨ ਨਾਲ ਸੁਣਨੀ ਚਾਹੀਦੀ ਆ, ਔਰ ਆਪਣਾ ਕਿੰਨਾ ਵੀ ਤੁਹਾਨੂੰ ਅੰਦਰੋਂ ਗੱਲ ਠੀਕ ਨਹੀਂ ਲੱਗੇ, ਯੂ ਸ਼ੁਡ ਆਲਵੇਜ ਸ਼ੋ ਯੋਰ ਕਾਮਨੈਸ ਉਸ ਗੱਲ ਦੇ ਉੱਪਰ, ਨਾ ਕਿ ਬੱਚੇ ਦੇ ਗੱਲ ਪੈ ਜਾਓ, ਉਹਨੂੰ ਕੁੱਟਣਾ ਮਾਰਨਾ ਸਟਾਰਟ ਕਰ ਦਿਓ, ਯੂ ਨੋ। ਇਹ ਆਪਣੀ ਨਿੱਕੀਆਂ ਨਿੱਕੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਲੌਂਗ ਰਨ 'ਤੇ ਅੱਗੇ ਜਾ ਕੇ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਰਿਲੇਸ਼ਨਸ਼ਿਪ ਬੜੇ ਬੜੀ ਬਰੀਕ ਲਾਈਨ ਰਹਿ ਗਈ ਹੈ, ਇੱਜ਼ਤ ਦੀ, ਰਿਸਪੈਕਟ ਦੀ, ਔਰ ਪਿਆਰ ਦੀ ਤੇ ਮੁਹੱਬਤ ਦੀ। ਇਹ ਬੱਚਿਆਂ ਨਾਲ ਪਹਿਲਾਂ ਤੁਹਾਡਾ ਰਿਲੇਸ਼ਨ ਬੱਚੇ ਨਾਲ ਆ, ਜੇ ਤੁਹਾਡਾ ਉਹ ਨਹੀਂ ਠੀਕ ਹੈਗਾ, ਅੱਗੇ ਜਾ ਕੇ ਤੁਹਾਡੇ ਬੱਚੇ ਨੇ ਗੱਲ ਸੁਣ ਲਈ, ਤਾਂ ਹੀ ਲੋਕੀ ਬੜਾ ਚੀਜ਼ ਕਰਦੇ ਕਿ ਰਿਲੇਸ਼ਨਸ਼ਿਪ ਕਾਟ ਲੋਸਟ, ਬਿਕੋਜ਼ ਦੇ ਨੈਵਰ ਹੈਡ ਅ ਗੁੱਡ। ਸ਼ਰਨ ਜੀ, ਸਬਜੈਕਟ ਬਹੁਤ ਇੰਪੋਰਟੈਂਟ ਹੈ ਤੇ ਇਹਦੇ ਤੇ ਘੰਟਿਆਂ ਬੱਧੀ ਗੱਲ ਕੀਤੀ ਜਾ ਸਕਦੀ ਹੈ, ਠੀਕ ਹੈ ਜੀ। ਮੈਂ ਤੁਹਾਡੇ ਕੋਲੋਂ ਸਮੇਂ ਦੀ ਨਜ਼ਾਕਤ ਨੂੰ ਧਿਆਨ 'ਚ ਰੱਖ ਕੇ, ਸਮਾਂ ਆਪਣੇ ਕੋਲ ਘੱਟ ਹੈਗਾ, ਮੈਂ ਤੁਹਾਡੇ ਕੋਲੋਂ ਅਖੀਰ ਵਿੱਚ ਇਹ ਪੁੱਛਣਾ ਚਾਹੁੰਦਾ ਕਿ 2020 ਜਿਹੜਾ ਮਦਰ ਡੇ ਹੈਗਾ, ਇਹਨੂੰ ਕਿਵੇਂ ਸੈਲੀਬ੍ਰੇਟ ਕਰਨ ਸਾਡੀਆਂ ਫੈਮਿਲੀਜ਼, ਤਾਂ ਕਿ ਮਾਵਾਂ
ਜਿਹੜੀਆਂ ਉਹ ਪ੍ਰਾਊਡ ਫੀਲ ਕਰਨ ਆਪਣੀ ਫੈਮਿਲੀ ਤੇ ਆਪਣੇ ਬੱਚਿਆਂ ਦੇ। ਹਾਂਜੀ, ਹੁਣੇ ਆਪਾਂ ਗੱਲ ਆਲਰੇਡੀ ਇੱਥੇ ਕਰ ਚੁੱਕੇ ਹਾਂ ਕਿ ਕਿੱਦਾਂ ਕੀ ਕਰਨਾ ਚਾਹੀਦਾ। ਬੜੀਆਂ ਚੀਜ਼ਾਂ ਤੁਸੀਂ ਆਪਣੀ ਮਦਰ ਲਈ ਕਰ ਸਕਦੇ ਹਾਂ, ਜੇ ਤੁਸੀਂ ਮਦਰ ਨੂੰ, ਕਈਆਂ ਦੇ ਜਿਹੜੇ ਮਦਰ ਅਜੇ ਐਸ ਕਰਕੇ ਤੁਸੀਂ ਅੰਦਰ ਜਾ ਕੇ ਮਿਲ ਨਹੀਂ ਸਕਦੇ ਬਜ਼ੁਰਗ ਨੇ ਮਦਰ, ਹਾਂਜੀ, ਤੇ ਯੂ ਕੈਨ ਸਟਿਲ ਡੂ ਸਮ ਸੋ ਮੈਨੀ ਗਰੋਸਰੀਜ਼, ਆਪਣਾ ਯਾਰਡ ਦਾ ਕੰਮ ਕਰ ਸਕਦੇ ਹਾਂ ਅੱਜ ਕੱਲ੍ਹ ਮਾਮ ਲਈ। ਯੂ ਕੈਨ ਕੁੱਕ ਸਮਥਿੰਗ, ਬ੍ਰਿੰਗ ਫੋਰ ਮਾਮ, ਮੇਕ ਹਰ ਫੀਲ ਸਪੈਸ਼ਲ। ਫਲਾਵਰਸ ਤੇ ਆਲਵੇਜ਼, ਕੋਈ ਵੀ ਲੇਡੀ ਮਦਰ ਹੋਏ ਜਾਂ ਨਹੀਂ ਹੋਏ, ਉਹ ਦੇ ਵਿਲ ਲਵ ਫਲਾਵਰਸ। It's one another way of spoiling your mom. And it all depends, I mean, you know, how much money you want to spend on your mom on that day. Koi limit nahi hai, kyunki when you spend money on the people you love, it gives you actually more happiness. The same way we spend money on our kids, when we spend on our mom, it makes her feel very special. Very good. ਤੁਸੀਂ ਕਿਹਾ ਸੀ ਜੇ ਆਪਾਂ ਗੱਲ ਕਰ ਚੁੱਕੇ, ਮੈਂ ਪਰਟੀਕੁਲਰਲੀ ਅੱਜ ਮਦਰ ਡੇ ਹੈ, ਅੱਜ ਦਾ ਦਿਨ, ਅੱਜ ਨਹੀਂ ਕੱਲ, ਅੱਜ ਤਾਂ ਅੱਜ ਹੀ ਹੈ ਜੀ, ਅੱਜ ਹੀ ਹੈ। ਇਸ ਪਰਟੀਕੁਲਰ ਡੇ ਨੂੰ ਸਿਰਫ ਦੋ ਲਫ਼ਜ਼ਾਂ 'ਚ ਤੁਸੀਂ ਕਹਿਣਾ ਕਿ ਅੱਜ ਆਹ ਕੰਮ ਕਰ ਲਓ, ਮੈਂ ਬਹੁਤੇ ਆਪਸ਼ਨ ਨਾ ਦਿਓ, ਇੱਕ ਕੰਮ ਦੱਸੋ ਕਿ ਆਹ ਕੰਮ ਅੱਜ ਹਰ ਹਾਲਤ ਵਿੱਚ ਕਰਨਾ ਆਪਣੀ ਮਾਮ ਲਈ। ਹਾਂਜੀ, ਜ਼ਰਾ ਸੋਚਣ ਲੱਗਾ ਹੈ। Something nice for mom. ਮੈਂ ਤਾਂ ਸੋਚਣ ਲੱਗੀ ਕਿ ਮੇਰੀ ਮਮ ਦੂਰ ਹੈ ਅੱਜ, ਇਸ ਕਰਕੇ ਮੈਨੂੰ ਸੋਚ ਪਈ ਹੋਈ ਕਿ ਮੈਂ ਕੀ ਕਰਨਾ। ਸੋ ਦਾ ਓਨਲੀ ਥਿੰਗ ਆਈ ਐਮ ਡੂਇੰਗ ਵਿਦ ਫੋਰ ਮਾਈ ਮਮ ਇਜ਼ ਹੈਵਿੰਗ ਅ ਫੇਸ ਟੂ ਫੇਸ ਟਾਕ ਔਨ ਦਾ ਜ਼ੂਮ ਔਰ ਸਮਥਿੰਗ, ਸੋ ਆਈ ਕੈਨ ਸਪੈਂਡ ਸਮ ਟਾਈਮ ਵਿਦ ਮਮ। ਠੀਕ, ਬਿਲਕੁਲ ਮਾਈ ਥਿੰਗ, ਕਿ ਮੈਂ ਆਪ ਨਹੀਂ ਜਾ ਸਕਦੀ, ਐਟ ਲੀਸਟ ਆਈ ਕੈਨ ਯੂ ਨੋ ਸੀ ਹਰ। ਬਿਲਕੁਲ ਬਿਲਕੁਲ ਠੀਕ, ਮਮ ਨੂੰ ਦੇਖ ਕੇ ਵੀ ਬਹੁਤ ਮਜ਼ਾ ਆਉਂਦਾ ਹੈ। ਹਾਂਜੀ ਹਾਂਜੀ ਹਾਂਜੀ, ਜਿਨ੍ਹਾਂ ਦੀਆਂ ਮਮਜ਼ ਨਹੀਂ ਹੈਗੀਆਂ ਜੀ, ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਘਰ ਦੇ ਵਿੱਚ, ਪਰਿਵਾਰ 'ਚ ਤੁਹਾਡੇ ਕੋਈ ਨਾ ਕੋਈ ਚਾਚੀ, ਤਾਈ, ਭੂਆ, ਮਾਸੀ, ਫੂਫੀ, ਕੋਈ ਨਾ ਕੋਈ ਜਿਹੜੀ ਵੱਡੀ ਹੈ, ਜਿਹਦੇ ਬੱਚੇ ਵੀ ਤੁਹਾਡੇ ਵਰਗੇ ਆ, ਵੱਡੇ ਹੈਗੇ ਆ, ਪਰ ਉਹ ਬੱਚੇ ਉਹਨਾਂ ਦੇ ਦੂਰ ਹੈ ਅਤੇ ਤੁਸੀਂ ਦੂਰ ਬੈਠੇ, ਉਹਨਾਂ ਨੂੰ ਫੋਨ ਕਾਲ ਕਰਕੇ ਮਦਰਸ ਡੇ ਦੀਆਂ ਮੁਬਾਰਕਾਂ ਜ਼ਰੂਰ ਦਿਓ। ਬਿਲਕੁਲ ਦਿਓ, ਔਰ ਮੈਂ ਆਪਣਾ, ਅਸੀਂ ਇਕੱਲੇ ਸਿਰਫ ਆਪਣੇ ਮਾਮ ਨੂੰ ਨਹੀਂ ਉਸ ਦਿਨ ਫੋਨ ਕਰਦੇ, ਜਿਹੜਾ ਮੈਂ ਤਾਂ ਖਾਸ ਕਰਕੇ ਨਹੀਂ ਕਰਦੀ, ਔਰ ਸਾਡੀ ਫੈਮਿਲੀ 'ਚ ਕੋਈ ਵੀ ਨਹੀਂ ਇੱਦਾਂ ਕਰਦਾ, ਅਸੀਂ ਸਾਰੇ ਉਸ ਦਿਨ ਆਪਣੇ ਤਾਈ ਜੀ ਨੂੰ ਫੋਨ ਕਰਾਂਗੇ, ਮੇਰੇ ਹਸਬੈਂਡ ਦੇ ਮਾਸੀ ਜੀ, ਉਹਨਾਂ ਨੂੰ ਅਸੀਂ ਫੋਨ ਕਰਦੇ ਹਾਂ, ਜਾਂ ਮੇਰੇ ਸਿਸਟਰ ਦੇ ਸੱਸ ਨੇ, ਉਹਨਾਂ ਨੂੰ ਫੋਨ ਕਰਦੇ ਹਾਂ, ਸੋ ਐਂਡ ਆਪਣੀਆਂ ਵੱਡੀਆਂ ਸਿਸਟਰ ਨੂੰ ਅਸੀਂ ਫੋਨ ਕਰਦੇ ਹਾਂ, ਬਿਕੋਜ਼ ਇਟਸ ਅ ਸਪੈਸ਼ਲ ਡੇ, ਸੋ ਯੂ ਫੋਨ ਐਵਰੀਬਡੀ, ਯੂ ਵਾਂਟ ਟੂ ਯੂ ਨੋ ਵਿਸ਼ ਦਮ ਵੈਲ, ਯੂ ਕਨੈਕਟ ਵਿਦ ਦੈਮ, ਐਂਡ ਇਫ ਯੂ ਕੈਨ ਯੂ ਨੋ ਗੋ ਐਂਡ ਡਰੋਪ ਸਮਥਿੰਗ ਆਫ, ਭਾਵੇਂ ਫਲਾਵਰ ਹੀ ਡਰੋਪ ਆਫ ਕਰੋ ਸਮਥਿੰਗ, ਸੋ ਟੂ ਡੂ ਫੋਰ ਮਾਮ, ਇਟ ਜਸਟ ਮੇਕਸ ਯੂ ਫੀਲ ਗੁੱਡ। ਥੈਂਕ ਯੂ ਜੀ, ਆਪਣੇ ਮਾਮ ਨੇ ਕਰਨਾ, ਬਹੁਤ ਬਹੁਤ ਵਧੀਆ, ਤੁਹਾਡੀ ਰਿਸਪੈਕਟ ਕਰਦੇ ਹਾਂ, ਜਾਂ ਰੋਲ ਮਾਡਲ ਨੇ ਤੁਹਾਡੇ ਲਈ, ਹਾਂਜੀ, ਯਾਰ ਸਪੈਸ਼ਲ, ਸੋ ਵਿਸ਼ ਦਮ ਵੈਲ। ਹਾਂਜੀ ਹਾਂਜੀ, ਤੁਸੀਂ ਬਹੁਤ ਵਧੀਆ ਸਾਰੀ ਚਰਚਾ 'ਚ ਬੜੀਆਂ ਗੱਲਾਂ ਨੂੰ ਹਾਈਲਾਈਟ ਵੀ ਕੀਤਾ, ਔਰ ਆਪਣਾ ਪਰਸਨਲ ਐਕਸਪੀਰੀਅੰਸ ਵੀ ਸ਼ੇਅਰ ਕੀਤਾ, ਨਵੀਆਂ ਮਾਮਸ ਲਈ ਵੀ ਤੁਸੀਂ ਗਾਈਡਲਾਈਨਸ ਇੱਕ ਕਿਸਮ ਦੀਆਂ ਦੱਸੀਆਂ, ਔਰ ਇਸ ਦਿਨ ਨੂੰ ਕਿਵੇਂ ਸੈਲੀਬ੍ਰੇਟ ਕਰਨਾ ਇਹ ਵੀ ਆਪਾਂ ਸ਼ੇਅਰ ਕੀਤਾ ਇੱਕ ਦੂਜੇ ਦੇ ਨਾਲ। ਮੈਨੂੰ ਬਹੁਤ ਚੰਗਾ ਲੱਗਾ ਸ਼ਰਨ ਜੀ, ਪਰਸਨਲੀ ਇਹ ਸਾਰੀ ਗੱਲਬਾਤ ਤੋਂ ਮੈਂ ਇੰਸਪਾਇਰ ਵੀ ਹੋਇਆ, ਔਰ ਮੈਨੂੰ ਲੱਗਾ ਵੀ ਕਿ ਇਸ ਤਰ੍ਹਾਂ ਹੀ ਸਾਨੂੰ ਸਾਰਿਆਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ। ਥੈਂਕ ਯੂ ਵੈਰੀ ਮੱਚ ਫਾਰ ਯੂਅਰ ਗੁੱਡ ਟਾਈਮ ਸਰ। ਹਾਂਜੀ, ਬਸ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ, ਆਪਣੀ ਮਾਮ ਨੂੰ ਵੀ ਇਸ ਸਪੈਸ਼ਲ ਡੇ ਦੇ ਉੱਪਰ, ਔਰ ਆਪਣੇ ਬੱਚੇ, ਜ਼ਰੂਰ ਜ਼ਰੂਰ ਜੀ ਜ਼ਰੂਰ। ਹਾਂਜੀ, ਟੂ ਆ ਹੋਲ ਵਰਲਡ, ਯੂ ਆਰ ਏ ਮਦਰ, ਟੂ ਆਵਰ ਫੈਮਿਲੀ, ਯੂ ਆਰ ਆਵਰ ਵਰਲਡ। ਥੈਂਕ ਯੂ, ਥੈਂਕ ਯੂ ਸੋ ਮੱਚ ਸ਼ਰਨ ਜੀ, ਥੈਂਕ ਯੂ, ਥੈਂਕ ਯੂ ਵੈਰੀ ਮੱਚ।